ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਮਾਜਿਕ ਸਿੱਖਿਆ ਦਾ 6 ਨੰਬਰ ਆਪਾਂ ਕਰ ਰਹੇ ਹਾਂ ਜੀ ਟੈਸਟ। 193 ਨੰਬਰ ਦਾ ਉੱਤਰ, ਗੁੱਜਰਾਂਵਾਲਾ ਕਿਸ ਦੁਆਬ ਦੇ ਵਿੱਚ ਹੈ? ਸਭ ਤੋਂ ਪਹਿਲਾਂ ਤਾਂ ਜੋ ਪੰਜਾਬ ਦਾ ਇਤਿਹਾਸ ਵਿਦਿਆਰਥੀ ਕਰ ਰਹੇ ਆ, ਜਿਨ੍ਹਾਂ ਨੂੰ ਪਤਾ, ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਇਹ ਭੂਗੋਲ ਦੇ ਪ੍ਰਸ਼ਨ ਵੀ ਤੁਹਾਨੂੰ ਆਉਣਗੇ ਇੱਕ ਦੋ, ਕਿਉਂਕਿ ਇੱਕ ਲੈਸਨ ਹੈ ਤੁਹਾਨੂੰ ਪੰਜਾਬ ਦੀ ਭੂਗੋਲਿਕ ਸਥਿਤੀ ਵਾਲਾ, ਇਹ ਵੀ ਸਾਰੇ ਯਾਦ ਕਰਨੇ ਆ, ਠੀਕ ਹੈ। ਗੁੱਜਰਾਂਵਾਲਾ ਕਿਸ ਦੁਆਬ ਦੇ ਵਿੱਚ ਸੀ? ਗੁੱਜਰਾਂਵਾਲਾ ਪੁੱਛਿਆ ਜਾ ਸਕਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਿਤ ਹੈ। ਇਸ ਏਰੀਏ ਦੇ ਵਿੱਚੋਂ ਉੱਠ ਕੇ ਹੀ ਉਹਨਾਂ ਨੇ ਅੱਗੇ ਪੂਰੇ ਜਿਹੜਾ ਪੰਜਾਬ ਆ ਅਤੇ ਆਸੇ ਪਾਸੇ ਦੇ ਇਲਾਕੇ ਜਿੱਤ ਕੇ ਆਪਣਾ ਪੂਰਾ ਵੱਡਾ ਇੱਕ ਸਾਮਰਾਜ ਬਣਾਇਆ ਸੀ। ਚਾਹੇ ਆਪਾਂ ਪੰਜਾਬ ਦੇ ਵਿੱਚ ਦੋ ਦਰਿਆ ਹੀ ਲਿਖਦੇ ਹਾਂ, ਪਰ ਕਈ ਵਾਰ ਢਾਈ ਦਰਿਆ ਵੀ ਲਿਖੇ ਮਿਲਦੇ ਆ। ਰਾਵੀ ਦਾ ਥੋੜ੍ਹਾ ਜਿਹਾ ਹਿੱਸਾ ਅੰਮ੍ਰਿਤਸਰ ਦੇ ਵਿੱਚ ਹੈ ਅਤੇ ਰਾਵੀ ਤੋਂ ਅੱਗੇ ਪਾਕਿਸਤਾਨ ਵਾਲੇ ਪਾਸੇ ਜਿਹੜਾ ਦਰਿਆ ਆਉਂਦਾ ਚਨਾਬ ਆਉਂਦਾ। ਰਾਵੀ ਅਤੇ ਚਨਾਬ ਦੇ ਵਿਚਕਾਰ ਹੈ ਗੁੱਜਰਾਂਵਾਲਾ, 2 ਨੰਬਰ ਇਸ ਦਾ ਉੱਤਰ ਸੀ, ਠੀਕ ਹੈ। ਰਾਵੀ ਦਾ ਰਾਰਾ ਲੈ ਲਿਆ ਅਤੇ ਚਨਾਬ ਦਾ ਚੱਚਾ ਅਤੇ ਨੰਨੇ ਨੂੰ ਕੰਨਾ ਲੈ ਲਿਆ ਗਿਆ। ਵੈਸੇ ਪੁੱਛਿਆ ਜਾਵੇ ਦੁਆਬ ਦਾ ਕੀ ਅਰਥ ਹੈ? ਦੋ ਦਰਿਆਵਾਂ ਦੇ ਵਿਚਕਾਰਲੀ ਧਰਤੀ, ਅਤੇ ਵੈਸੇ ਵੀ ਸਾਡੇ ਜਿਹੜਾ ਦੁਆਬਾ ਹੈਗਾ ਮਾਝਾ ਮਾਲਵਾ ਦੁਆਬਾ। ਗੁੱਜਰਾਂਵਾਲਾ ਨਹੀਂ ਭੁੱਲਣਾ, ਰਚਨਾ ਦੁਆਬ, 2 ਨੰਬਰ ਇਸ ਦਾ ਉੱਤਰ ਸੀ। ਅੱਗੇ ਹੈ 194 ਨੰਬਰ, ਜਲੰਧਰ ਕਿਸ ਦੁਆਬ ਦੇ ਵਿੱਚ ਹੈ? ਠੀਕ ਹੈ, ਪਹਿਲਾਂ ਤਾਂ ਇਹੀ ਬਣਦਾ ਪ੍ਰਸ਼ਨ ਕਿ ਦੁਆਬੇ ਦੇ ਵਿੱਚ ਹੈ ਜਲੰਧਰ, ਪਰ ਦਰਿਆਵਾਂ ਵਾਲੇ ਜਿਹੜੇ ਦੁਆਬ ਬਣਾਏ ਗਏ ਆ ਦੋ ਦੋ ਦੇ ਨਾਮ ਜੋੜ ਕੇ, ਉਹ ਵਾਲਾ ਪੁੱਛਿਆ ਗਿਆ ਇੱਥੇ, ਜਲੰਧਰ ਕਿਸ ਦੁਆਬ ਦੇ ਵਿੱਚ ਹੈ? ਪਹਿਲਾਂ ਤਾਂ ਜਦੋਂ ਵੀ ਤੁਸੀਂ ਕਦੇ ਨਾ ਕਦੇ ਸਫ਼ਰ ਕਰਦੇ ਹੋ, ਦੇਖਿਆ ਕਰੋ ਪੰਜਾਬ ਦੇ ਵਿੱਚ, ਠੀਕ ਹੈ। ਮੇਰੀ ਹਮੇਸ਼ਾ ਹੀ ਇਹ ਚੀਜ਼ ਉੱਪਰ ਨਜ਼ਰ ਰਹਿੰਦੀ ਆ ਕਿ ਕਿਹੜੇ ਨੈਸ਼ਨਲ ਹਾਈਵੇ 'ਤੇ ਚੱਲ ਰਹੇ ਹੋ। ਅੰਮ੍ਰਿਤਸਰ ਦੇ ਵਿੱਚ ਰਾਵੀ ਦਰਿਆ ਥੋੜ੍ਹਾ ਜਿਹਾ ਹੈ, ਉੱਥੋਂ ਆਪਾਂ ਚੱਲਦੇ ਹਾਂ ਅਤੇ ਜਦੋਂ ਆਪਾਂ ਇੱਧਰ ਤਰਨ ਤਾਰਨ ਪੱਟੀ ਪੱਟੀ ਮੋੜ ਹਰੀਕੇ ਆਉਂਦੇ ਹਾਂ, ਅਤੇ ਇੱਥੇ ਜਿਹੜਾ ਹਰੀਕੇ ਪੱਟੀ ਮੋੜ ਤੋਂ ਅੱਗੇ ਦਰਿਆ ਬਿਆਸ ਦਰਿਆ ਆਉਂਦਾ, ਠੀਕ ਹੈ। ਉਹ ਰਾਵੀ ਤੋਂ ਲੈ ਕੇ ਇੱਥੇ ਬਿਆਸ ਦਰਿਆ ਦੇ ਤੱਕ ਜਿਹੜਾ ਇਲਾਕਾ ਆ ਜਾਂਦਾ ਮਾਝੇ ਦਾ ਆ ਜਾਂਦਾ, ਅਤੇ ਜਦੋਂ ਹੀ ਇਹ ਪੱਟੀ ਮੋੜ ਤੋਂ ਅੱਗੇ ਆਪਾਂ ਜਿਹੜਾ ਪੁਲ ਹੈ ਕੋਟ ਬੁੱਢੇ ਵਾਲਾ ਪਾਰ ਕਰ ਜਾਂਦੇ, ਅੱਗੇ ਫਿਰੋਜ਼ਪੁਰ ਆ ਜਾਂਦਾ, ਅਤੇ ਪੁਲ ਪਾਰ ਕਰਦੇ ਹੀ ਜਿਹੜਾ ਫਿਰ ਮਾਲਵਾ ਅੱਗੇ ਸ਼ੁਰੂ ਹੋ ਜਾਂਦਾ। ਅਤੇ ਇਸ ਬਿਆਸ ਦਰਿਆ ਤੋਂ ਆਪਾਂ ਜੇ ਉਹ ਨੀਚੇ ਵਾਲੇ ਪਾਸੇ ਨੂੰ ਦੇਖੀਏ, ਠੀਕ ਹੈ, ਤਾਂ ਅੱਗੇ ਜਾ ਕੇ ਆਵੇਗਾ ਸਤਲੁਜ ਦਰਿਆ। ਬਿਆਸ ਅਤੇ ਸਤਲੁਜ ਦੇ ਵਿਚਕਾਰ ਆ ਜਾਂਦਾ ਦੁਆਬਾ, ਅਤੇ ਦੁਆਬੇ ਦੇ ਵਿੱਚ ਹੈ ਜਲੰਧਰ। ਬਿਆਸ ਦਾ ਬੱਬਾ ਲੈ ਲਿਆ ਅਤੇ ਸਤਲੁਜ ਦਾ ਸੱਸਾ ਦਿੱਤਾ ਬਿਸਤ। ਜਲੰਧਰ ਕਿਹੜੇ ਦੁਆਬ ਦੇ ਵਿੱਚ ਆ? ਫਿਰ ਬਿਸਤ ਦੁਆਬ ਦੇ ਵਿੱਚ। ਇਸ ਦਾ ਉੱਤਰ ਸੀ 1 ਨੰਬਰ। ਅੱਗੇ ਹੈ ਤੁਜ ਕੇ ਜਹਾਂਗੀਰੀ ਦਾ ਲੇਖਕ ਕੌਣ ਹੈ? ਇਹ ਸਵੈ ਜੀਵਨੀ ਹੈ ਅਤੇ ਇਸ ਦਾ ਲੇਖਕ ਜਹਾਂਗੀਰ ਖੁਦ ਹੈ ਵੀ। ਅੱਗੇ ਹੈ ਭਾਰਤੀ ਸੰਗੀਤ ਦਾ ਜਨਮਦਾਤਾ ਕਿਹਾ ਜਾਂਦਾ ਹੈ? ਇਹ ਮੰਨਿਆ ਜਾਂਦਾ ਸਾਮ ਵੇਦ ਨੂੰ। ਮੰਨਿਆ ਜਾਂਦਾ ਕਿ ਪੰਜਾਬ ਭਾਰਤ ਦੇ ਵਿੱਚ ਜਿਹੜਾ ਸੰਗੀਤ ਹੈ ਸ਼ੁਰੂ ਹੋਇਆ ਸਾਮ ਵੇਦ ਤੋਂ ਹੋਇਆ, ਅਤੇ ਸਾਮ ਵੇਦ ਨੂੰ ਜਨਮਦਾਤਾ ਮੰਨਿਆ ਜਾਂਦਾ ਸੰਗੀਤ ਦਾ। ਹਰੀ ਸੇਨ ਕਿਸ ਦਾ ਦਰਬਾਰੀ ਕਵੀ ਸੀ? 3 ਨੰਬਰ ਉੱਤਰ ਸੀ ਸਮੁੰਦਰ ਗੁਪਤ ਦਾ ਸੀ। ਸਮੁੰਦਰ ਗੁਪਤ ਨੂੰ ਵੀ ਜਿਹੜਾ ਸੰਗੀਤ ਦੇ ਨਾਲ ਕਾਫੀ ਪਿਆਰ ਸੀ। ਅੱਗੇ ਹੈ ਨਾਲੰਦਾ ਵਿਸ਼ਵ ਵਿਦਿਆਲੇ ਨੂੰ ਕਿਸ ਨੇ ਨਸ਼ਟ ਕੀਤਾ? 2 ਨੰਬਰ ਉੱਤਰ ਸੀ ਬਖਤਿਆਰ ਖਿਲਜੀ ਨੇ ਕੀਤਾ ਇਸ ਨੂੰ ਨਸ਼ਟ, ਜੋ ਮੁਹੰਮਦ ਗੌਰੀ ਦਾ ਅੱਗੇ ਜਰਨੈਲ ਸੀ। ਬਖਤਿਆਰ ਖਿਲਜੀ ਨੇ ਨਾਲੰਦਾ ਵਿਸ਼ਵ ਵਿਦਿਆਲੇ ਨੂੰ ਨਸ਼ਟ ਕਰ ਦਿੱਤਾ ਸੀ। ਅੱਗੇ ਸੀ 199 ਨੰਬਰ, ਅੰਗਰੇਜ਼ੀ ਕਾਲ ਵਿੱਚ ਪੰਜਾਬ ਵਿੱਚ ਵਿਧਾਨ ਪਰਿਸ਼ਦ ਦਾ ਗਠਨ ਹੋਇਆ? ਅੰਗਰੇਜ਼ੀ ਕਾਲ ਦੇ ਵਿੱਚ ਜਦੋਂ ਕਾਨੂੰਨ ਨਿਰਮਾਣ ਕਰਨਾ ਸੀ ਪੰਜਾਬ ਦੇ ਵਿੱਚ 1897 ਦੇ ਵਿੱਚ, ਇਹ ਹੋਣ ਵਾਲੀ ਜਿਹੜੀ ਵਿਧਾਨ ਪਰਿਸ਼ਦ ਆ ਉਸ ਦੀ ਗੱਲ ਨਹੀਂ ਹੋ ਰਹੀ, ਠੀਕ ਹੈ। ਇਹ ਜਿਹੜਾ ਅੱਗੇ ਕਮੇਟੀਆਂ ਬਣਾਈਆਂ ਗਈਆਂ ਸੀ, ਗਠਨ ਕੀਤੇ ਗਏ ਸੀ ਕਾਨੂੰਨ ਨਿਰਮਾਣ ਵਾਲੇ, ਠੀਕ ਆ, ਕਾਨੂੰਨਾਂ ਨੂੰ ਲਾਗੂ ਕਰਨ ਦੇ ਲਈ, ਉਹ ਬਣਿਆ ਸੀ 1897 ਦੇ ਵਿੱਚ ਪੰਜਾਬ ਦੇ ਵਿੱਚ। ਅੱਗੇ ਹੈ ਭਾਰਤ ਸਰਕਾਰ ਅਧਿਨਿਯਮ ਸੰਬੰਧੀ ਸੱਚ ਹੈ? ਜਿਹੜਾ 1935 ਵਾਲਾ ਅਧਿਨਿਯਮ ਹੈ, ਠੀਕ ਹੈ, 1935 ਨਹੀਂ ਲਿਖਿਆ ਹੋਇਆ, ਭਾਰਤ ਸਰਕਾਰ ਅਧਿਨਿਯਮ 1935 ਉੱਥੇ ਲਿਖਿਆ ਹੋਵੇਗਾ। ਇਸ ਦੇ 14 ਭਾਗ, 321 ਧਾਰਾਵਾਂ ਅਤੇ 10 ਅਨੁਸੂਚੀਆਂ ਸਨ। ਇਹ ਜਿਹੜੀਆਂ ਧਾਰਾਵਾਂ ਇਹ ਅਲੱਗ ਅਲੱਗ ਜਗ੍ਹਾ ਅਲੱਗ ਅਲੱਗ ਵੀ ਮਿਲਦੀਆਂ। ਫਿਲਹਾਲ ਆਪਾਂ ਇਹਨਾਂ ਨੂੰ 321 ਹੀ ਯਾਦ ਰੱਖਾਂਗੇ, ਭਾਰਤ ਸਰਕਾਰ ਅਧਿਨਿਯਮ। ਅਗਲਾ ਹੈ, ਇਹ ਠੀਕ ਹੈ ਵੀ ਸਾਰਾ ਕੁਝ ਇਹੀ ਸੀ। ਇਸ ਬ੍ਰਿਟਿਸ਼
ਜਾਂ ਇਸ ਨੂੰ ਕਹਿ ਲਵੋ, ਇਸ ਨੂੰ ਬ੍ਰਿਟਿਸ਼ ਸੰਸਦ ਦੇ ਇਤਿਹਾਸ ਦਾ ਸਭ ਤੋਂ ਜਟਲ ਅਧੀਨਿਯਮ ਕਿਹਾ ਜਾਂਦਾ ਹੈ। ਹਾਂ, ਇਹ ਕਾਫੀ ਜ਼ਿਆਦਾ ਜਿਹੜਾ ਜਟਲ ਸੀ, ਜਿਹੜੇ ਹੁਣ ਤੱਕ ਦੇ ਉਸਦੇ ਇਤਿਹਾਸ ਦੇ ਵਿੱਚ ਅਧੀਨਿਯਮ ਆਏ ਸੀ, ਬੜੇ ਸਰਲ ਸੀ, ਇਹ ਸਭ ਤੋਂ ਜ਼ਿਆਦਾ ਵੱਡਾ ਅਤੇ ਜਟਲ ਸੀ, ਗੁੰਝਲਦਾਰ ਸੀ। ਅੱਗੇ ਹੈ 3, ਭਾਰਤੀ ਮੌਜੂਦਾ ਸੰਵਿਧਾਨ ਉੱਤੇ ਵੀ ਇਸ ਦਾ ਪ੍ਰਭਾਵ ਹੈ। ਹਾਂ, ਜਿਹੜਾ ਮੌਜੂਦਾ ਸੰਵਿਧਾਨ ਹੈ, ਇਸ ਦੇ ਵਿੱਚ ਵੀ ਬਹੁਤ ਸਾਰੀਆਂ ਧਾਰਾਵਾਂ ਜਿਹੜੀਆਂ ਉਸੇ ਰੂਪ ਦੇ ਵਿੱਚ ਹੀ ਅਪਣਾ ਲਈਆਂ ਗਈਆਂ, ਉਸੇ ਨਾਲ ਮਿਲਦਾ ਜੁਲਦਾ ਹੀ ਸੰਵਿਧਾਨ ਹੈ। ਇਹ ਸਾਰੇ ਹੀ ਜਿਹੜੇ ਠੀਕ ਆ ਵੀ ਗੱਲਾਂ, ਠੀਕ ਆ, ਧਾਰਾਵਾਂ ਦਾ ਇੱਕ ਦੋ ਦਾ ਜਿਹੜਾ ਇੱਥੇ ਫਰਕ ਮਿਲਦਾ ਕਿਸੇ ਕਿਤਾਬ ਵਿੱਚ ਕਿੰਨਾ, ਕਿਸੇ ਕਿਤਾਬ ਵਿੱਚ ਕਿੰਨਾ, ਫਿਲਹਾਲ ਆਪਾਂ ਇਸੇ ਨੂੰ ਹੀ ਠੀਕ ਮੰਨ ਰਹੇ ਹਾਂ। ਅੱਗੇ ਹੈ ਬੰਗਲਾਦੇਸ਼ ਆਜ਼ਾਦ ਦੇਸ਼ ਕਦੋਂ ਬਣਿਆ। ਬੰਗਲਾਦੇਸ਼ ਆ ਜਿਹੜਾ ਪਹਿਲਾਂ ਪਾਕਿਸਤਾਨ ਦਾ ਹੀ ਹਿੱਸਾ ਸੀ, 1971 ਦੇ ਵਿੱਚ ਜਿਹੜਾ ਬੰਗਲਾਦੇਸ਼ ਆ ਇੱਕ ਸੁਤੰਤਰ ਮੁਲਕ ਦੇ ਰੂਪ ਦੇ ਵਿੱਚ ਬਣਿਆ। ਇਸ ਦਾ ਵੀ ਅੱਗੇ ਹੋਰ ਇਤਿਹਾਸ ਹੈ, ਕੌਣ ਸੀ ਉਦੋਂ, ਕੀ ਹੋਇਆ ਸੀ, ਭਾਰਤ ਨਾਲ ਜਿਹੜੀ ਜੰਗ ਹੋਈ ਸੀ ਉਸ ਉੱਥੇ ਬੰਗਲਾਦੇਸ਼ ਦੇ ਵਿੱਚ ਕਿਵੇਂ ਇਲੈਕਸ਼ਨ ਹੋਏ ਸੀ, ਕਿਵੇਂ ਫਿਰ ਉਸਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕੀਤਾ, ਇਹ ਆਪਣੇ ਪੇਪਰ ਦੇ ਨਾਲ ਸੰਬੰਧਿਤ ਨਹੀਂ ਜ਼ਿਆਦਾ। ਅੱਗੇ ਹੈ ਕਿਸ ਅਧੀਨਿਯਮ ਅਨੁਸਾਰ ਪ੍ਰਾਂਤਾਂ ਵਿੱਚ ਦੂਹਰਾ ਸ਼ਾਸਨ ਆ ਜਿਹੜਾ ਹਟਾ ਦਿੱਤਾ ਗਿਆ ਸੀ। ਇਸ ਦਾ ਉੱਤਰ ਸੀ 3, 1935 ਦੇ ਵਿੱਚ। ਠੀਕ ਹੈ ਜੀ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਇੱਕ ਇਸ ਤਰ੍ਹਾਂ ਦੇ ਆਪਾਂ 10 ਟੈਸਟ ਕਰਾਂਗੇ, ਇਸ ਤੋਂ ਬਾਅਦ ਤੁਸੀਂ ਦੱਸਣਾ ਕਿ ਇੱਕ ਇੱਕ ਵਿਸ਼ਾ ਉਸਦੇ ਕਿੰਨੇ ਪ੍ਰਸ਼ਨ ਤੁਸੀਂ ਕਰਨਾ ਚਾਹੁੰਦੇ ਹੋ, 100-100 ਪ੍ਰਸ਼ਨ ਕਰਨਾ ਚਾਹੁੰਦੇ ਹੋ ਜਾਂ ਇਸ ਤੋਂ ਜ਼ਿਆਦਾ ਕਰਨਾ ਚਾਹੁੰਦੇ ਹੋ। ਪੰਜਾਬ ਦਾ ਇਤਿਹਾਸ, ਪੋਲੀਟੀਕਲ ਅਤੇ ਆਪਣਾ ਭਾਰਤ ਦਾ ਇਤਿਹਾਸ, ਠੀਕ ਹੈ, ਅਤੇ ਭੂਗੋਲ ਬਾਰੇ ਵੀ ਦੱਸ ਦੇਣਾ, ਠੀਕ ਹੈ, ਭੂਗੋਲ ਦੇ ਵੀ ਆਪਾਂ ਕਰ ਲਵਾਂਗੇ, ਹੋਰ ਵੀ ਜੇਕਰ ਤੁਹਾਨੂੰ ਲੱਗੇ ਉਹ ਆਪਾਂ ਸ਼ੁਰੂ ਕਰ ਲਵਾਂਗੇ। ਪਹਿਲਾਂ ਇਹ ਜਿਹੜੇ 10 ਟੈਸਟ ਆ ਇਹਨਾਂ ਨੂੰ ਆਪਾਂ ਪੂਰਾ ਕਰਨਾ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।